ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜੇ ਵੀਰ ਭਰਾ ਯੂਰਪ ਵਿੱਚ ਆ ਜਾਂਦੇ ਆ ਜਾਂ ਇਟਲੀ ਵਿੱਚ ਆ ਜਾਂਦੇ ਆ ਐਂਟਰੀ ਕਰਾ ਕੇ ਉਸ ਤੋਂ ਬਾਅਦ ਪੱਕੇ ਹੋਣ ਦਾ ਸਭ ਤੋਂ ਸੌਖਾ ਤਰੀਕਾ ਕਿਹੜਾ ਵਾ ਕੋਈ ਵੀ ਭਰਾ ਸੋਚਦੇ ਕੁਝ ਹੋ ਰਿਹਾ ਨਿਕਲਦਾ ਕੁਝ ਹੋ ਰਿਹਾ ਬਾਅਦ ਇੱਥੇ ਆਣ ਕੇ ਪੇਪਰ ਨਹੀਂ ਬੰਦੇ 2 ਨੰਬਰ ਚ ਹੋ ਜਾਂਦੇ ਆ ਇੱਥੇ ਆਣ ਕੇ ਇਟਲੀ ਦੇ ਵਿੱਚ ਇਸ ਟਾਪਿਕ ਬਾਰੇ ਆਪਾਂ ਗੱਲ ਕਰਾਂਗੇ ਜਾਂ ਤੁਸੀਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਹੋ ਤੇ ਸੌਖੇ ਤਰੀਕੇ ਨਾਲ ਕਿਹੜੀ ਕੰਟਰੀ ਤੁਸੀਂ ਪੱਕੇ ਹੋ ਸਕਦੇ ਜੇ ਤੇ ਉਹਦਾ ਤਰੀਕਾ ਕੀ ਆ ਤੁਸੀਂ ਕਿਹੜੇ-ਕਿਹੜੇ ਤਰੀਕੇ ਲਾ ਕੇ ਯੂਰਪ ਦੀ ਇਹ ਕਿਸ ਨਾ ਕਿਸੇ ਕੰਟਰੀ ਵਿੱਚ ਪੱਕੇ ਹੋ ਸਕਦੇ ਜੇ ਜੇਕਰ ਤੁਸੀਂ ਇਹਦੇ ਦੋ ਨੰਬਰ 'ਚ ਬੈਠੇ ਜੇ ਜੇਕਰ ਤੁਸੀਂ ਮੇਰੀ ਵੀਡੀਓ ਵੇਖ ਰਹੇ ਹੋ ਇਸ ਟੌਪਿਕ ਬਾਰੇ ਹੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਾਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਕਰਦੇ ਆਂ ਗੱਲਬਾਤ ਕੀ ਕਿਹਦੇ ਜ਼ਿਕਰ ਤੁਸੀਂ ਪੱਕੇ ਹੋ ਸਕਦੇ ਜੇ ਸਭ ਤੋਂ ਸੌਖਾ ਤਰੀਕਾ ਕਿਹੜਾ ਹੈਗਾ ਵਾ ਇਟਲੀ ਵਿੱਚ ਪੱਕੇ ਹੋਣ ਦਾ ਕਿਉਂਕਿ ਹੁੰਦਾ ਕੀ ਆ ਵੀਰ ਭਰਾਵਾਂ ਨਾਲ ਮੈਂ ਤੁਹਾਨੂੰ ਪਹਿਲਾਂ ਕਹਾਲ ਦੱਸਦਾ ਵਾਂ ਕਿ ਜਿਹੜੇ ਵੀਰ ਭਰਾ ਆ ਇਟਲੀ ਆਉਂਦੇ ਆ ਐਂਟਰੀ ਕਰਾ ਕੇ ਠੀਕ ਆ ਆਪਣੇ ਏਜੰਟ ਨਾਲ ਗੱਲ ਕਰਦੇ ਆ ਜਾਂ ਆਪਣੇ ਮਾਲਕ ਜਿਹੜਾ ਹੁੰਦਾ ਉਹਨਾਂ ਨਾਲ ਗੱਲ ਕਰਦੇ ਆ ਸਿਰਫ ਐਂਟਰੀ ਦੀ ਜਾਂ ਤੁਹਾਡੇ ਤੁਹਾਡਾ ਮਾਲਕ ਗੱਲ ਕਰ ਲੈਂਦਾ ਕਿ ਇਕੱਲੀ ਮੈਂ ਐਂਟਰੀ ਕਰਾਉਣੀ ਆ ਤਾਂ ਮੈਂ ਕੰਮ ਨਹੀਂ ਦੇ ਸਕਦਾ ਤੇ ਵੀਰ ਭਰਾ ਕੀ ਸੋਚਦੇ ਆ ਕਿ ਮੈਂ ਐਂਟਰੀ ਕਰੂੰਗਾ ਤੇ ਮੈਂ ਕੰਮ ਆਪੇ ਲੱਭ ਕੇ ਤੇ ਪੇਪਰ ਮੈਂ ਆਪੇ ਬਣਾ ਲਊਗਾ ਪਰ ਹੁੰਦਾ ਏ ਦਾਣੀ ਆ ਤੁਹਾਨੂੰ ਮੈਂ ਸਮਝਾਦਾ ਕਿ ਜਿਹੜੇ ਵੀ ਆਪਰਾ ਮਣ ਹੱਲੇ ਆਉਣਾ ਉਹਨਾਂ ਬਾਰੇ ਆਪਾਂ ਗੱਲ ਕਰ ਲਈਏ ਕਿ ਜੇਕਰ ਤੁਸੀਂ ਆਉਣਾ ਵਾ ਐਂਟਰੀ ਦੀ ਗੱਲ ਨਾ ਕਰਕੇ ਆਓ ਆਪਣੇ ਕਾਰਡ ਦੀ ਗੱਲ ਕਰਕੇ ਆਓ ਕਿਉਂਕਿ ਹੁੰਦਾ ਕੀ ਹੈ ਜਦੋਂ ਤੁਸੀਂ ਇੱਥੇ ਆਉਂਦੇ ਜੇ ਪੇਪਰ ਜਿਹੜੇ ਤੁਹਾਡੇ ਬਣਵਾ ਸਕਦਾ ਵਾ ਉਹ ਤੁਹਾਡਾ ਮਾਲਕ ਜਾਂ ਤੁਹਾਡਾ ਏਜੰਟ ਜਿਹਦੇ ਨਾਲ ਤੁਸੀਂ ਇੱਥੇ ਆਏ ਜੇ ਉਹ ਹੀ ਪ੍ਰਵਾਹ ਸਕਦਾ ਵਾ ਉਹ ਹੀ ਤਾਂ ਡੇੜੇ ਵਾ ਪੇਪਰ ਬਣਵਾ ਸਕਦਾ ਵਾ ਉਸ ਤੋਂ ਬਗੈਰ ਦੂਜਾ ਬੰਦਾ ਤੁਹਾਡਾ ਕੋਈ ਵੀ ਪੇਪਰ ਨਹੀਂ ਤੁਹਾਡੇ ਬਣਾ ਸਕਦਾ ਕਿਉਂਕਿ ਇਹ ਇਟਲੀ ਦਾ ਲੂਰ ਜਿਹਨੂੰ ਆਪਾਂ ਕਹਿੰਦੇ ਨੇ ਰੂਲ ਯਾਰ ਰੂਲ ਕੀ ਇਥੋਂ ਦਾ ਕਾਨੂੰਨ ਵਾ ਕੀ ਜੇਕਰ ਤੁਹਾਡਾ ਡੈਡਾ ਵਾ ਤੁਸੀਂ ਜਿਹੜੇ ਮਾਲਕਾਂ ਹੀ ਆਏ ਜੇ ਤੁਸੀਂ ਉਹ ਮਾਲ ਥਲੇ ਰਾਇ ਕੰਮ ਕਰਨਾ ਹੁੰਦਾ ਵਾ ਪਹਿਲੇ 3 ਮਹੀਨੇ ਜੇਕਰ ਤੁਹਾਨੂੰ ਬਾਅਦ ਵਿੱਚ ਮਾਲਕ ਪਸੰਦ ਨਹੀਂ ਤੁਸੀਂ ਮਾਲਕ ਆਪਣਾ ਚੇਂਜ ਕਰ ਸਕਦੇ ਜੇ ਬਾਅਦ ਵਿੱਚ ਪਰ ਪਹਿਲੇ 3 ਮਹੀਨੇ ਤੁਹਾਨੂੰ ਉੱਥੇ ਰਹਿ ਕੇ ਕੰਮ ਕਰਨਾ ਪੈਂਦਾ ਵਾ ਤੇ ਤੁਸੀਂ ਜਿਹੜਾ ਵਾ ਆਪਣਾ ਪ੍ਰੋਸੈਸ ਜਿਹੜਾ ਵਾ ਉੱਥੋਂ ਹੀ ਚਲਾ ਸਕਦੇ ਜੇ ਉਸ ਤੋਂ ਬਗੈਰ ਤੁਸੀਂ ਜੇਗਾ ਕੋ ਕਿ ਮੈਂ ਐਂਟਰੀ ਕਰਾ ਕੇ ਇੱਥੇ ਆ ਜਾ ਤੇ ਆਣ ਕੇ ਮੈਂ ਇੱਥੇ ਆਪਣੀ ਮਰਜ਼ੀ ਜਿੱਥੇ ਮਰਜ਼ੀ ਕੰਮ ਕਰ ਲਾਂ ਇਦਾਂ ਨਹੀਂ ਹੁੰਦਾ ਉਹ ਤੁਹਾਨੂੰ 2 ਨੰਬਰ ਚ ਕੰਮ ਮਿਲੂਗਾ ਤੇ ਹਰ ਟਾਈਮ ਤੁਹਾਨੂੰ ਇਹੜਾ ਵਾ ਪਰੇਸ਼ਾਨੀ ਰਹੂਗੀ ਨਾ ਤੁਸੀਂ ਕੋਈ ਪੁਲਿਸ ਦੀ ਹੈਲਪ ਲੈ ਸਕਦੇ ਜੇ ਨਾ ਤੁਸੀਂ ਤੁਹਾਨੂੰ ਜਗਾ ਤੁਹਾਨੂੰ ਮਾਰ ਤੁਹਾਨੂੰ ਕੋਈ ਤੰਗ ਕਰਦਾ ਵਾ ਤੁਸੀਂ ਨਾ ਪੁਲਿਸ ਨੂੰ ਕੁਝ ਕਹਿ ਸਕਦੇ ਜੇ ਇਸ ਕਰਕੇ ਜਿਹੜੇ ਵੀਰ ਭਰਾ ਐਂਟਰੀ ਤੇ ਆਉਣ ਦੀ ਗੱਲ ਕਰ ਰਹੇ ਆ ਐਂਟਰੀ ਦੀ ਗੱਲ ਨਾ ਕਰੋ ਆਪਣੇ ਮਾਲਕਾਂ ਦੇ ਨਾਲ ਪਹਿਲੇ ਕਾਰਡ ਦੀ ਗੱਲ ਜਰੂਰ ਕਰਕੇ ਆਓ ਹੁਣ ਆਪਾਂ ਆਉਨੇ ਆ ਮੇਨ ਮੁੱਦੇ ਤੇ ਆਪਾਂ ਗੱਲਬਾਤ ਕਰਨ ਆਏ ਆ ਇਸ ਵੀਡੀਓ ਦੇ ਵਿੱਚ ਕੀ ਪੱਕੇ ਕਿਵੇਂ ਹੋ ਸਕਦੇ ਆ ਆਪਾਂ ਜਿਹੜੇ ਐਂਟਰੀ ਕਰਕੇ ਇੱਥੇ ਆ ਜਾਂਦੇ ਆ ਵੀਪਰਾ ਜਾਪਾਖ ਲਈ ਕਿਸੇ ਯੂਰਪ ਦੀ ਕਿਸੇ ਨਿੱਕੀ ਕੰਟਰੀ 'ਚ ਬੈਠੇ ਆ ਤੇ ਪੱਕੇ ਕਹੇ ਤਰੀਕੇ ਨਾਲ ਹੋਣਾ ਚਲੋ ਸਭ ਤੋਂ ਪਹਿਲੀ ਗੱਲ ਤਾਂ ਜਦੋਂ ਵੀਜ਼ਾ ਲੱਗਦਾ ਵਾ 9 ਮੰਥ ਵਾਲਾ ਵੀਜ਼ਾ ਐਡਾ ਹੁੰਦਾ ਵਾ ਤੁਸੀਂ ਉਹ ਤੇ ਯੂਰਪ ਦੀ ਕਿਸੇ ਕੰਟਰੀ ਵਿੱਚ ਜਾ ਸਕਦੇ ਇਨਿੰਗ ਕਰਾ ਤੁਸੀਂ ਆਪਣੇ ਜਿਹੜੀ ਵਾ ਇਟਲੀ ਵਿੱਚ ਜਾਣਾ ਵਾ ਤੁਸੀਂ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਜਾ ਸਕਦੇ ਜੇ ਕਿਉਂਕਿ ਜਿਹੜਾ ਇਟਲੀ ਦੇ ਰੂਲ ਆ ਉਹ ਹੋਰ ਵਾ ਬਾਕੀ ਯੂਰਪ ਕੰਟਰੀਆਂ ਦੇ ਆਪੋ ਆਪਣੇ ਰੂਲ ਵਾ ਹੁਣ ਜਿਵੇਂ ਪੁਰਤਗਾਲ ਵਾ ਪੁਰਤਗਾਲ ਵਿੱਚ ਭਾਵੇਂ ਤੁਸੀਂ 2 ਨੰਬਰ 'ਚ ਵੀ ਪਹੁੰਚ ਜਾਓ ਨਾ ਤੁਸੀਂ ਆਪਣੇ ਪੇਪਰ ਬਣਵਾ ਸਕਦੇ ਜੇ ਉੱਥੇ ਠੀਕ ਹੈ ਤੇ ਇਖਲੀ ਅਜੇ ਤੁਸੀਂ ਭਾਵੇਂ ਵੀਜ਼ਾ ਲਵਾ ਕੇ ਵੀ ਆਓ ਤੁਹਾਡਾ ਜਗਾ ਤੁਹਾਡੇ ਕੋਲ ਤੁਹਾਡਾ ਮਾਲਕ ਨਹੀਂ ਤੁਹਾਡਾ ਮੰਦਾ ਤੇ ਤੁਸੀਂ ਪੇਪਰ ਨਹੀਂ ਬਣਵਾ ਸਕਦੇ ਜੀ ਹੁਣ ਯੂਰਪ ਦੇ ਯਹ ਹੈਗੇ ਦੋਵੇਂ ਯੂਰਪ ਦੀਆਂ ਕੰਟਰੀਆਂ ਵਾ ਤੇ ਰੂਲ ਦੋਵਾਂ ਦੇ ਵੱਖੋ ਵੱਖਰੇ ਆ ਹੁਣ ਜਿਹੜਾ ਪੁਰਤਗਾਲ ਦਾ ਰੂਲ ਕੀ ਆ ਤੁਸੀਂ ਸੋਖੇ ਤਿੱਕਣਾ ਪੱਕੇ ਕਹਿ ਸਕਦੇ ਜੇ ਕਿ ਇਖਲੀ ਤੋਂ ਤੁਸੀਂ ਪੁਰਤਗਾਲ ਜਾ ਸਕਦੇ ਜੇ ਪੁਰਤਗਾਲ ਜਾ ਕੇ ਆਪਣੇ ਪੇਪਰ ਲੋਕਰਾਓ ਕਿ ਮੈਂ ਇਸ ਤਰੀਕੇ ਨਾਲ ਇੱਥੇ ਪਹੁੰਚਿਆ ਵਾਂ ਜਾਂ ਮੈਂ ਜਾਂ ਜਿਹੜਾਈਆਂ ਆਇਆ ਵਾਂ ਜਾਂ ਮੈਂ ਟ੍ਰੇਨ ਦੇ ਰਾਹੀਂ ਆਇਆ ਵਾਂ ਜਾਂ ਮੈਂ ਬੱਸ ਰਾਹੀਂ ਆਇਆ ਵਾਂ ਜਿਵੇਂ ਵੀ ਆਇਆ ਵਾਂ ਤੁਸੀਂ ਆਪਣੇ ਉੱਥੇ ਜਾ ਕੇ ਪੇਪਰ ਲੋਕਰਾਓ ਲੌਕੰਗ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੀ ਕਿੱਟ ਕੁਟ ਜਮ੍ਹਾਂ ਖਰਾਓ ਭਾ ਕੇ ਵੀ ਮੈਂ ਪੇਪਰ ਲੈਣੇ ਆ ਯੂਰਪ ਦੇ ਇਥੋਂ ਦੇ ਮੈਂ ਤੁਹਾਡੇ ਦੇ ਇਸ ਦੀ ਪੇਪਰ ਲੈਣੇ ਆ ਤੁਹਾਨੂੰ ਉਹ ਪੇਪਰ ਦੇ ਦਿੰਦੇ ਆ ਕਿਉਂਕਿ ਯੂਰਪ ਦੀ ਕੰਟਰੀ ਭਾਵੇਂ ਇੱਕੋ ਜਿਹੀ ਖੜੀਆਂ ਇਕੱਠੀਆਂ ਆਈਆਂ ਪਰ ਰੂਲ ਸਾਰੇ ਵੱਖੋ ਵੱਖਰੇ ਆ ਇਦਾਂ ਹੀ ਸਪੇਨ ਹੈਗਾ ਵਾ ਸਪੇਨ ਵਿੱਚ ਤੁਸੀਂ ਆਪਣੇ ਜਾ ਕੇ ਪੇਪਰ ਲੋਕਰਾ ਕੇ ਤੁਸੀਂ ਆਪਣੀ ਸੰਜੋਰ ਨੂੰ ਆਪਾਂ ਜਿੰਨੂੰ ਆਪਾਂ ਸੰਜੋਰ ਨੂੰ ਕਹਿੰਦੇ ਨੇ ਹਿਟਲੀ ਵਿੱਚ ਆਪਣਾ ਜਿਹੜਾ ਕਾਰਡ ਵਾ ਲੈ ਸਕਦੇ ਜੇ ਤੇ ਕੰਮਕਮ ਤੁਸੀਂ ਆਪਣਾ ਜਿਹੜਾ ਵਾ ਕਰ ਸਕਦੇ ਜੇ ਇਦਾਂ ਹੀ ਫਰਾਂਸ ਵੀ ਹੈਗਾ ਵਾ ਫਰਾਂਸ ਵਿੱਚ ਵੀ ਮੈਂ ਸੁਣਿਆ ਵਾ ਹੁਣ ਕੀ ਜਿਹੜਾ ਫਰਾਂਸ ਵੀ ਉਹਨੇ ਸ਼ੁਰੂ ਕੀਤਾ ਵਾ ਕਿ ਤੁਸੀਂ ਜਿਹੜੇ ਪੇਪਰ ਵਾ ਆਪਣੇ ਬਣਵਾ ਸਕਦੇ ਜੇ ਸੌਖੇ ਤਰੀਕੇ ਨਾਲ ਮਤਲਬ ਤੁਸੀਂ ਦੋਨੋਂ ਨੰਬਰ 'ਚ ਹੀ ਪਹੁੰਚੇ ਹੋ ਵਾ ਪੰਜ 'ਚ ਵੀ ਜਲਵਾ ਕੇ ਪਹੁੰਚੇ ਜਿਵੇਂ ਮਰਜ਼ੀ ਪਹੁੰਚੇ ਤੁਸੀਂ ਸੌਖੇ ਤਰੀਕੇ ਨਾਲ ਪੇਪਰ ਬਣਾਵਾ ਸਕਦੇ ਜੇ ਪਰ ਤੁਸੀਂ ਜੇਕਰ ਇਟਲੀ ਵਿੱਚ ਕੋਈ ਤੁਸੀਂ ਇਟਲੀ ਵਿੱਚ ਐਂਟਰੀ ਕਰਾਉਣ ਤੋਂ ਬਾਅਦ ਤੁਸੀਂ ਪੱਕੇ ਨਹੀਂ ਹੋ ਸਕਦੇ ਜੇ ਐਂਟਰੀ ਕਰਾਉਣ ਤੋਂ ਬਾਅਦ ਸਿਰਫ ਤੁਸੀਂ ਕਿ ਇੱਥੋਂ ਇਟਲੀ ਤੋਂ ਚਲ ਜਿਓ ਪੁਰਤਗਾਲ ਚਲ ਜਿਓ ਜਾਂ ਸਪੇਨ ਚਲ ਜਿਓ ਤੇ ਆਪਣਾ ਤੁਸੀਂ ਪੇਪਰ ਲੋਕ ਕਰਾ ਕੇ ਆਪਣਾ ਇਹਦਾ ਪ੍ਰੋਸੈਸ ਵਾ ਸ਼ੁਰੂ ਕਰਾ ਲਓ ਗਾਂ ਆਪਣਾ ਮਲਕੀ ਕੰਮ ਕਰਨ ਦਾ ਜਾਂ ਆਪਾਂ ਕਹਿ ਲਈ ਕਿ ਮੇਨ ਚੀਜ਼ ਹੁੰਦੀ ਇੱਕ ਜਦੋਂ ਬੰਦਾ ਇੱਥੇ ਬਾਹਿੰਦਾ ਵਾ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਪਹੁੰਚਦਾ ਵਾ ਡਾਕੂਮੈਂਟ ਸਭ ਤੋਂ ਲੈਣੇ ਔਖੇ ਹੁੰਦੇ ਵਾ ਪਰ ਜੇਕਰ ਇੱਕ ਵਾਰ ਤੁਹਾਨੂੰ ਡਾਕੂਮੈਂਟ ਮਿਲ ਜਾਣ ਉਸ ਤੋਂ ਬਾਅਦ ਸਾਰਾ ਕੁਝ ਸੈਟ ਹੀ ਸੈਟ ਵਾ ਤੇ ਮੇਰੇ ਵੀ ਭਰਾ ਇਹਦਾ ਸਭ ਤੋਂ ਸੌਖਾ ਤਰੀਕਾ ਇਹ ਹੋਏ ਕਿ ਇਟਲੀ ਆਓ ਜਾਂ ਤੁਸੀਂ ਇਟਲੀ ਚ ਬੈਠੇ ਜੇ ਜਗਾ 2 ਨੰਬਰ ਵਿੱਚ ਪੁਰਤਗਾਲ ਕੋਈ ਨਾ ਕੋਈ ਬੰਦਾ ਲੱਭੋ YouTube ਤੇ ਲੱਭੋ ਜਾਂ Facebook ਤੇ ਲੱਭੋ ਜਾਂ TikTok ਤੇ ਲੱਭੋ ਮੰਦਾ ਕੋਈ ਨਾ ਕੋਈ ਲੱਭ ਕੇ ਆਪਣੇ ਇਹਦੇ ਪੇਪਰ ਵਾ ਪੁਰਤਗਾਲ ਜਾਂ ਸਪੇਨ ਵਿੱਚ ਲੋਕਰਾ ਕੇ ਆਪਣੇ ਇਹਦੇ ਵਾ ਕਾਰਡ ਲਓ ਉਥੋਂ ਤੇ ਇਹਦਾ ਆਪਣਾ ਕੰਮ ਆ ਪ੍ਰੋਸੈਸ ਸ਼ੁਰੂ ਕਰਾਓ ਆਪਣੇ ਪੇਪਰਾਂ ਦਾ ਉਸ ਤੋਂ ਬਗੈਰ ਕੋਈ ਵੀ ਹੱਲ ਨਹੀਂ ਹੈਗਾ ਇਹਦੇ ਪੇਪਰਾਂ ਦਾ ਇੱਥੇ ਤੁਸੀਂ ਕੋਈ ਵੀ ਨਹੀਂ ਕਰ ਸਕਦੇ ਜੇ ਨਾ ਤੁਸੀਂ ਤੰਗੀ ਦੇ ਕਿਹਨਾ ਕੰਮ ਕਰ ਸਕਦੇ ਨਾ ਕੋਈ ਆਪਖੈਲੀ ਕੋਈ ਨਾ ਕੋਈ ਚੀਜ਼ ਖਰੀਦ ਨਹੀਂ ਤੁਸੀਂ ਇਨਜਾਤ ਦੀ ਕੋਈ ਲੋਨ ਲੈਣਾ ਤੁਸੀਂ ਕੁਝ ਵੀ ਨਹੀਂ ਆ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗੇ ਡਾਕੂਮੈਂਟ ਪ੍ਰੋਸੈਸ ਸ਼ੁਰੂ ਕਰਾਓਗੇ ਤੇ ਗਾਂ ਸੋਕੇ ਰੋਗੇ ਇਸੋਕਾ ਤਰੀਕਾ ਹੀ ਹੋਈ ਆ ਸਿੱਧਾ ਜਾਂ ਪੁਰਤਗਾਲ ਚਲ ਜਾਓ ਜਾਂ ਸਪੇਨ ਚਲ ਜਾਓ ਆਪਣਾ ਉੱਥੇ ਜਾ ਕੇੜਾ ਵਾ ਕੰਮ ਸ਼ੁਰੂ ਕਰਾਓ ਆਪਣਾ ਲੋ ਵੀ ਮਿੱਤਰੋ ਇਸ ਵੀਡੀਓ ਸਿਰਫ ਇੰਨਾ ਹੀ ਮਿਲ ਜਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਛੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ